ਸ਼ਰਮ ਨਹੀਂ ਆਉਂਦੀ ਆਪਣੇ ਆਪ ਨੂੰ ਵਕੀਲ ਕਹਾਉਂਦਿਆਂ ਨੂੰ। ਰੱਬ ਕਰੇ ਤੁਹਾਡਾ ਨਾ ਕਿਤੇ ਮਕਾਨ ਵਿਕ ਜੇ ਤੇ ਤੁਹਾਨੂੰ ਰਹਿਣਾ ਪਵੇ ਮੇਰੇ ਵਾਂਗੂ ਕਿਰਾਏ ਦੇ ਮਕਾਨ ਤੇ, ਫਿਰ ਤੁਹਾਨੂੰ ਪਤਾ ਲੱਗੇ ਕਿਰਾਏਦਾਰਾਂ ਦੇ ਦੁੱਖ ਕੀ ਹੁੰਦੇ ਨੇ। ਭਾਜੀ ਐਂ ਨਾ ਕਹੋ, ਡੈਡੀ ਵੱਲੋਂ ਮੈਂ ਮਾਫੀ ਮੰਗਦਾ। ਉਹ ਕਿਰਾਏਦਾਰ ਨੇ ਇਹੋ ਜਿਹੇ ਕੁੱਤਿਆਂ ਦੀਆਂ ਕਰਦੀ ਕਰਦੇ ਹੋ ਜਿਹੜਾ ਬਾਅਦ 'ਚ ਤੁਹਾਨੂੰ ਮਾਫੀਆਂ ਮੰਗਣੀਆਂ ਪੈਂਦੀਆਂ ਨੇ। ਤੂੰ ਆਹ ਫੜ ਆਪਣੀ ਚਾਬੀ, ਆਹ ਫੜ ਪੈਸੇ, ਮੇਰਾ ਖੜਾ ਛੱਡੋ। ਪਾ ਕੇ ਭਾਜੀ 20 ਦਿਨ ਦਾ ਕਿਰਾਇਆ, ਮਹੀਨਾ ਤਾਂ ਪੂਰਾ ਕਰ ਦਿਓ। ਉਹ ਤੁਹਾਡੇ ਮਹੀਨਾ ਪੂਰਾ ਹੋਣ ਦੇ ਚੱਕਰ 'ਚ ਮੈਂ ਪੂਰਾ ਨਹੀਂ ਹੋਣਾ। ਇੰਨਾ ਤਾਂ ਸਟੇਸ਼ਨ ਦੇ ਪਏ ਭਈਆਂ ਨੂੰ ਪੁਲਿਸ ਤੰਗ ਨਹੀਂ ਕਰਦੀ ਜਿੰਨਾ ਤੇਰਾ ਪਿਓ ਕਿਰਾਏਦਾਰਾਂ ਨੂੰ ਕਰਦਾ। ਵਕੀਲ ਬੰਦੇ ਨੂੰ ਥੋੜ੍ਹਾ ਵੱਧ ਬੋਲਣ ਦੀ ਆਦਤ ਹੁੰਦੀ ਹੈ ਬਸ। ਵੱਧ? ਉਹ ਪਹਿਲੀ ਵਾਰ ਦੇਖਿਆ ਮੈਂ ਇਹੋ ਜਿਹਾ ਵਕੀਲ ਜਿਹੜਾ ਸਬਜ਼ੀ ਵੇਚਣ ਵਾਲਾ ਤੋਂ ਵੀ ਵੱਧ ਬੋਲਦਾ। ਪਤਾ ਨਹੀਂ ਕੀ ਖਾਂਦਾ ਹੈ। ਨਾ ਸਾਲਿਆ ਤੇਰੇ ਪਿਓ ਦਾ ਖਾਨਾ ਓਏ, ਲਾ ਗਿਆ ਤੁਹਾਡਾ ਹਿਟਲਰ ਸਾਂਭ। ਨਾ ਹੁਣ ਕਿੱਧਰ ਨੂੰ ਭੱਜਦਾ ਓਏ ਸਾਲਾ, ਹਿਟਲਰ ਦੱਸਦਾ ਘੰਟੇ ਦਾ ਜਵਾਕ ਤੇ ਛਾਉਣ ਲੱਗਿਆ ਹੋਇਆ ਮੇਰੇ ਨਾਲ ਗੱਲ ਕਰ ਜਿਹੜੀ ਕਰਨੀ ਆ। ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ। ਠੰਡ ਲੱਗਦੀ ਹੈ ਤਾਂ ਪਾਇਆ। ਓਏ ਕੀ ਬਕਵਾਸ ਕਰ ਰਿਹਾ, ਮੈਂ ਥੋੜੀ ਇਹ ਕਰ ਰਿਹਾ। ਵਾਹ ਮੇਰੇ ਰੱਬਾ, ਉਹ ਕੈਸਾ ਕਮਲਿਆਂ ਦਾ ਟੱਬਰ ਆ, ਲੋਕਾਂ ਦੇ ਘਰੇ ਗਾਂ ਰੱਖੀ ਹੁੰਦੀ ਹੈ, ਇਹਨਾਂ ਨੇ ਪਾ ਰੱਖਿਆ ਹੋਇਆ। ਕੀ ਕਿਹਾ? ਪਾ ਤੂੰ ਸਾਲਿਆ ਦੱਦੀਆਂ ਕੱਢਣ ਲੱਗਿਆ ਹੋਇਆ, ਪਿਓ ਤੇਰੇ ਨੂੰ ਪਾ ਕਹਿ ਗਿਆ, ਸਾਲੇ ਨੂੰ ਮੂਧਾ ਪਾ। ਤੇਰੀ ਉਹ ਮੇਰਾ ਸਾਲਿਆ, ਤੈਨੂੰ ਮੈਂ ਦੱਸਦਾ। ਹਾਂ ਦੱਸ। ਹਾਂ ਕੁਛ ਨਹੀਂ, ਪੱਜੇ ਪਤਾ ਇਹ ਕਹਿ ਰਿਹਾ ਸੀ ਵੀ ਭੱਜੇ ਜਾਂਦੇ ਗਾਲਾਂ ਨਾ ਕੱਢੋ, ਸਮਝ ਨਹੀਂ ਆਉਂਦੀਆਂ। ਕੱਲੀ ਕੱਲੀ ਗਾਲ ਖੜ ਕੇ ਕੱਢੋ, ਸਵਾਦ ਤਾਂ ਆਉਂਦਾ। ਖੜੇ ਮੂੰਹ ਤੇਰੇ ਪੈਗੀ ਕਾਲ ਜੇ ਠੰਡ। ਨਾ ਠੰਡ ਪੈਣ ਨੂੰ ਮੈਂ ਧਨੀਆ ਘੋਟ ਕੇ ਪੀ ਗਿਆ। ਨਾ ਤੰਗ ਕਰਿਆ ਕਰੋ ਕਿਰਾਏਦਾਰਾਂ ਨੂੰ, ਇਹਨੂੰ ਤਾਂ ਮੀਨਾ ਨਹੀਂ ਟੱਪਣ ਦਿੱਤਾ। ਤੂੰ ਮੀਨਾ ਟੱਪਣ ਦੀ ਗੱਲ ਕਰਦਾ, ਮੈਂ ਸਾਲੇ ਨੂੰ ਗੱਲ ਨਹੀਂ ਟੱਪਣ ਦੇਣੀ ਸੀ। ਨਾਲੇ ਐਂ ਦੱਸ ਤੂੰ ਮੇਰੇ ਵੱਲ ਦਾ ਕੋਹਦੇ ਵੱਲ ਦਾ? ਉਹ ਸਮਝਿਆ ਕਰੋ ਡੈਡੀ, ਮੈਂ ਰੋਜ਼ ਰੋਜ਼ ਕਿੱਥੋਂ ਨਵੇਂ ਕਿਰਾਏਦਾਰ ਲੱਭਾਂ। ਨਾ ਤੇਰੀ ਰੋਟੀ ਕਿਰਾਏ ਤੇ ਚੱਲਦੀ ਆ, ਇੱਥੇ ਖੜਾ ਪਿਓ ਨਾਲ ਲੜੀ ਜਾਂਦਾ, ਕਚਹਿਰੀਆਂ ਜਾ ਕੇ ਕੇਸ ਲੜ, ਤੈਨੂੰ ਵਕੀਲ ਕਾਹਦੇ ਲਈ ਬਣਾਇਆ? ਗਾਹ ਜੇਠਮਲਾਨੀ ਬਣਾ ਤਾ ਮੈਨੂੰ। ਲੋਕ ਆਉਂਦੇ ਨੇ ਸਿਰਫ ਸਲਾਹਾਂ ਲੈਣ ਲਈ ਤੇ ਜਾਂਦੇ ਹੋਏ ਕਹਿ ਦਿੰਦੇ ਨੇ ਤੇਰਾ ਪਿਓ ਤਾਂ ਸਲਾਹ ਵੀ ਚੱਜ ਨਹੀਂ ਦਿੰਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਪੇਪਰ 'ਚ ਐਡ ਦਿੱਤੀ ਸੀ ਘਰ ਕਿਰਾਏ 'ਤੇ ਦੇਣ ਲਈ? ਹਾਂਜੀ। ਮੈਂ ਪੋਰਸ਼ਨ ਦੇਖਣ ਆਈ ਹਾਂ। ਆਓ ਜੀ, ਜ਼ਰੂਰ ਦਿਖਾਉਂਦੇ ਹਾਂ, ਆ ਜਾਓ। ਕਿੰਨੇ ਮੈਂਬਰ ਹੋ ਤੁਸੀਂ? ਮੈਂ ਅਤੇ ਮੇਰੇ ਹਸਬੈਂਡ। ਅੱਛਾ ਅੱਛਾ, ਆ ਜਾਓ ਇੱਧਰ ਉੱਪਰ। ਨਾ ਤੂੰ ਮਿੱਥਿਆ ਹੋਇਆ ਕਿ ਹਰੇਕ ਕਲਾਇੰਟ ਤੋਂ ਮੇਰੀ ਬੇਇੱਜ਼ਤੀ ਕਰਾਉਣੀ ਹੈ। ਆਖਿਰ ਜੀ ਅਸੀਂ ਵਿਜ਼ਿਟਿੰਗ ਕਾਰਡ ਨਹੀਂ ਛਪਾਏ, ਕੀ ਲੋੜ ਸੀ ਇਹ ਗੱਲ ਕਹਿਣ ਦੀ? ਸਿੱਧਾ ਨਹੀਂ ਉਹਨਾਂ ਨੂੰ ਕਹਿ ਸਕਦਾ ਸੀ ਕਿ ਅਸੀਂ ਘਰੇ ਭੁੱਲਿਆ। ਮੰਮੀ ਜੀ ਕਹਿੰਦੇ ਹੁੰਦੇ ਸੀ ਇਨਸਾਨ ਨੂੰ ਜ਼ਿੰਦਗੀ 'ਚ ਕਦੇ ਵੀ ਝੂਠ ਨਹੀਂ ਬੋਲਣਾ ਚਾਹੀਦਾ। ਬਸ ਆ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਤੇਰੀ ਮਾਂ ਨਾਲ ਮੇਰੇ ਡਿਫਰੈਂਸਿਸ ਰਹੇ। ਸ਼ੁਕਰ ਕਰੋ ਦੁਨੀਆਂ ਤੋਂ ਚਲੀ ਗਈ, ਜੇ ਕਿਤੇ ਨਾ ਜਾਂਦੀ ਡਿਫਰੈਂਸਿਸ ਇੰਨੇ ਵੱਧ ਜਾਣੇ ਸੀ, ਅੱਜ ਤਲਾਕ ਤੱਕ ਦੀ ਨੌਬਤ ਆ ਜਾਣੀ ਸੀ। ਮੰਮੀ ਕਹਿੰਦੀ ਸੀ ਸਾਲਿਓ ਕਦੇ ਪਿਓ ਦੀ ਗੱਲ ਨਾ ਮੰਨਿਓ। ਲਓ ਆ ਗਏ, ਆਹ ਆਪਣਾ ਉੱਪਰ ਵਾਲਾ ਕਮਰਾ ਕਿਰਾਏ 'ਤੇ ਲੈਣ ਆਏ ਨੇ। ਇਹ ਨੇ ਮਾਹੀ, ਮਾਹੀ ਮੇਰੇ ਫਾਦਰ ਇਨ ਲਾਅ ਢਿੱਲੋਂ ਸਾਹਿਬ, ਤੇ ਇਹ ਮੇਰੇ ਹਸਬੈਂਡ ਗੋਲਡੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਕੋਠੀ ਬਹੁਤ ਵਧੀਆ ਪਾਈ ਹੈ। ਥੈਂਕ ਯੂ। ਅਸੀਂ ਨਹੀਂ ਪਾਈ ਜੀ, ਮਿਸਤਰੀਆਂ ਨੇ ਪਾਈ। ਓਏ ਕੋਠੀ ਮਿਸਤਰੀਏ ਪਾਉਂਦੇ ਹੁੰਦੇ ਆ, ਹੋਰ ਸਾਲੇ ਸੁਨਿਆਰੇ ਪਾਉਂਦੇ ਹੁੰਦੇ ਆ। ਦਿਲਜੀਤ ਕਿਰਾਇਆ ਦੱਸਦਾ? ਹਾਂ ਜੀ ਦੱਸਦਾ, 7000। ਤੁਸੀਂ 6500 ਹੀ ਦੇ ਦਿਓ। ਦੈਟਸ ਸੋ ਨਾਈਸ ਆਫ ਯੂ, ਥੈਂਕ ਯੂ। ਯੂ ਆਰ ਵੈਲਕਮ। ਜੇ ਤੁਸੀਂ ਬੁਰਾ ਨਾ ਮੰਨੋ ਤਾਂ ਅਸੀਂ ਅੱਜ ਹੀ ਸ਼ਿਫਟ ਕਰੀਏ। ਅੱਜ? ਅੱਜ ਕਿਹਨੇ ਵੇਖੀ ਹੈ? ਤੁਸੀਂ ਹੁਣੇ ਸ਼ਿਫਟ ਕਰੋ। ਮੈਂ 2 ਮਿੰਟ ਆਪਣੇ ਹਸਬੈਂਡ ਨਾਲ ਗੱਲ ਕਰ ਲੈਂਦੀ ਹਾਂ। ਅੱਛਾ ਅੱਛਾ, ਤੁਸੀਂ ਆਪਣੇ ਹਸਬੈਂਡ ਨਾਲ ਗੱਲ ਕਰੋ, ਮੈਂ ਚਾਹ ਬਣਾ ਕੇ ਲਿਆਉਂਦੀ ਹਾਂ। ਨਾ ਉਹ ਤਾਂ ਕਦੇ ਕਿਸੇ ਨੂੰ ਪੰਜੀ ਨਹੀਂ ਛੱਡਦੇ, ਅੱਜ ਏਡੀ ਮਿਹਰਬਾਨੀ ਕਿਵੇਂ? ਐਕਚੁਅਲੀ ਬੇਟੇ, ਇਸ ਲੜਕੀ ਦੀ ਸ਼ਕਲ ਤੇਰੀ ਮਾਂ ਪਾਰਵਤੀ ਕੌਰ ਨਾਲ ਬਹੁਤ ਮਿਲਦੀ। ਉਹ ਜੇ ਹੁਣ ਮੇਰੀ ਮਾਂ ਨਾਲ ਸ਼ਕਲ ਮਿਲਦੀ ਹੈ ਤਾਂ ਆਪਾਂ 500 ਦਾ ਘਾਟਾ ਖਾ ਲਈਏ। ਚਲੋ ਸਮਝ ਲਾਂਗੇ ਕਿ 500 ਰੁਪਏ 'ਚ ਤੇਰੀ ਮਾਂ ਨੂੰ ਸ਼ਰਧਾਂਜਲੀ ਦੇਤੀ। ਸ਼ਰਧਾਂਜਲੀ? ਹਾਂ, ਜਿਉਂਦੇ ਜੀ ਅਗਲੀ ਪਾਈ ਪਾਈ ਵਾਸਤੇ ਤਰਸਦੀ ਰਹੀ। ਸਾਲੀ ਗੰਦੀ ਔਲਾਦ, ਨਾ ਮਜ਼ਾ ਨਾ ਸਵਾਦ।